ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦਾ ਜਿਹੜਾ ਆਪਣਾ ਟੋਪਿਕ ਹੈਗਾ, ਇਹਦੇ ਵਿੱਚ ਆਪਾਂ ਤੁਹਾਨੂੰ ਕੰਸਟਰਕਸ਼ਨ ਆਫ ਸਟਾਰਟਿੰਗ ਮੋਟਰ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਇਹਦੀ ਬਣਤਰ ਬਾਰੇ, ਤੁਹਾਨੂੰ ਕੁਛ ਜਿਹੜੇ ਕੰਪੋਨੈਂਟਸ ਆ ਉਹਦੇ ਬਾਰੇ ਜਾਗਰੂਕ ਕਰਾਂਗੇ। ਸਭ ਤੋਂ ਪਹਿਲਾਂ ਹੁੰਦੀ ਹੈ ਇਹਦੀ ਮੋਟਰ ਯੂਨਿਟ, ਦੂਸਰਾ ਹੁੰਦਾ ਹੈ ਇਹਦਾ ਡਰਾਈਵ ਯੂਨਿਟ। ਮਤਲਬ ਕਿ ਕੰਸਟਰਕਸ਼ਨ ਸਟਾਰਟਿੰਗ ਮੋਟਰ ਦੇ ਦੋ ਭਾਗ ਨੇ, ਇੱਕ ਤਾਂ ਹੋ ਗਿਆ ਮੋਟਰ ਯੂਨਿਟ, ਇੱਕ ਹੁੰਦਾ ਡਰਾਈਵ ਯੂਨਿਟ। ਹੁਣ ਮੋਟਰ ਯੂਨਿਟ ਦੇ ਵਿੱਚ ਕਿਹੜੀ ਚੀਜ਼ ਆਉਂਦੀ ਆ? ਆਰਮੇਚਰ ਹੋ ਗਈ, ਠੀਕ ਹੈ, ਉਹਦੀਆਂ ਫੀਲਡ ਵੈਂਡਿੰਗਸ ਹੋ ਗਈਆਂ, ਇਲੈਕਟ੍ਰੋਮੈਗਨੇਟਸ ਹੋ ਗਏ, ਠੀਕ ਹੈ ਜੀ। ਅਤੇ ਡਰਾਈਵ ਯੂਨਿਟ ਦੇ ਵਿੱਚ ਕੀ ਆਉਂਦਾ? ਆਪਣਾ ਓਪਰੇਟਿੰਗ ਫੋਰਕ ਹੋ ਗਈ, ਠੀਕ ਹੈ ਜੀ, ਸੋਲਨਾਇਡ ਸਵਿੱਚ ਹੋ ਗਈ, ਉਸ ਤੋਂ ਬਾਅਦ ਪਿਨੀਅਨ ਹੋ ਗਿਆ ਜਿਹੜਾ ਕਿ ਅੱਗੇ ਜਾ ਕੇ ਫਲਾਈ ਵੀਲ ਦੇ ਨਾਲ ਅਟੈਚ ਹੁੰਦਾ, ਠੀਕ ਹੈ ਜੀ। ਹੁਣ ਆਪਾਂ ਗੱਲ ਕਰਾਂਗੇ ਪਾਰਟਸ ਆਫ ਸਟਾਰਟਿੰਗ ਮੋਟਰ ਦੀ, ਠੀਕ ਹੈ ਜੀ। ਸਭ ਤੋਂ ਪਹਿਲਾਂ ਹੁੰਦਾ ਆਪਣਾ ਆਰਮੇਚਰ, ਠੀਕ ਹੈ ਜੀ। ਆਰਮੇਚਰ ਕੀ ਆ? ਮੇਨ ਡਰਾਈਵ ਆ ਸਟਾਰਟਰ ਮੋਟਰ ਦੀ। ਇਹਦੀ ਸਿਲੰਡਰੀਕਲ ਕੰਸਟਰਕਸ਼ਨ ਹੁੰਦੀ ਆ, ਇਹਦੇ 'ਚ ਇੱਕ ਆਇਰਨ ਕੋਰ ਹੁੰਦੀ ਆ, ਆਰਮੇਚਰ ਸ਼ਾਫਟ ਹੁੰਦੀ ਆ, ਕਮੂਟੇਟਰ ਹੁੰਦਾ, ਆਰਮੇਚਰ ਵਾਇੰਡਿੰਗਸ ਹੁੰਦੀਆਂ ਨੇ। ਜਿਹੜੀ ਇਹ ਵਾਇੰਡਿੰਗਸ ਹੁੰਦੀਆਂ ਨੇ ਹੈਵੀ ਕਾਪਰ ਵਾਇਰਸ ਦੀ ਹੁੰਦੀਆਂ ਨੇ, ਅਤੇ ਇਹ ਨਾਲ ਸੋਲਡਰਡ ਟੂ ਦੀ ਕਮੂਟੇਟਰ ਦੇ ਨਾਲ ਜੁੜੀਆਂ ਹੁੰਦੀਆਂ ਨੇ। ਅਤੇ ਜਿਹੜੀਆਂ ਵਾਇਰਸ ਹੁੰਦੀਆਂ ਨੇ ਇਹ ਸੈਪਰੇਟਡ ਟੂ ਈਚਰ ਹੁੰਦੀਆਂ, ਨੇ ਬਾਏ ਇੰਸੂਲੇਸ਼ਨ ਟੂ ਅਵਾਇਡ ਲੀਕੇਜ। ਪਹਿਲਾ ਪੁਆਇੰਟ ਹੋ ਗਿਆ। ਦੂਸਰਾ ਪੁਆਇੰਟ ਆਪਣੇ ਹਾਊਸਿੰਗ, ਜਾਂ ਆਪਾਂ ਇਹਨੂੰ ਸਿਲੰਡਰੀਕਲ ਹਾਊਸਿੰਗ ਕਹਿ ਦਿੰਦੇ ਹਾਂ, ਕੋਈ ਇਹਨੂੰ ਫਰੇਮ ਕਹਿ ਦਿੰਦਾ, ਠੀਕ ਹੈ ਜੀ। ਫਰੇਮ ਕੀ ਹੁੰਦਾ? ਇਹਦੇ ਵਿੱਚ ਮੂਵਿੰਗ ਮੋਟਰ ਦੇ ਮੂਵਿੰਗ ਪਾਰਟਸ ਨੇ ਇਹਦੇ ਵਿੱਚ ਹੁੰਦੇ ਨੇ। ਇਟਸ ਸਪੋਰਟਸ ਪਾਰਟਸ ਐਂਡ ਪ੍ਰੋਟੈਕਟ ਫਰੋਮ ਡਰਟ, ਓਇਲ ਐਂਡ ਡਸਟ। ਇਹ ਪਾਰਟ ਨੂੰ ਸਪੋਰਟ ਕਰਦਾ, ਦੂਸਰਾ ਪ੍ਰੋਟੈਕਟ ਕਰਦਾ ਆਪਣਾ ਡਰਟ ਤੋਂ, ਮਿੱਟੀ ਤੋਂ, ਤੇਲ ਤੋਂ, ਅਵਾਇਡ ਅਤੇ ਡਸਟ ਤੋਂ, ਠੀਕ ਹੈ ਜੀ। ਇਹਦੇ 'ਚ ਵਨ ਐਂਡ ਹੁੰਦਾ ਇਹਦਾ ਹਾਊਸ ਹੋਲਡਰ ਜਿਹੜਾ ਹੁੰਦਾ, ਦੋ ਬੈਰਿੰਗ ਲੱਗੇ ਹੁੰਦੇ ਨੇ, ਬੁਸ਼ਿਸ ਹੁੰਦੇ ਨੇ ਜਿਹਦੇ ਵਿੱਚ ਜਿਹੜੀ ਸ਼ਾਫਟਰ, ਜਿਹੜੀ ਆਰਮੇਚਰ ਸ਼ਾਫਟ ਆ ਉਹ ਟਰਨ ਹੁੰਦੀ ਆ, ਠੀਕ ਹੈ। ਇਹ ਇਟ ਆਲਸੋ ਕੰਟੇਨ ਬ੍ਰਸ਼ਿਸ ਡੈਟ ਕੰਡਕਟ ਕਰੰਟ ਟੂ ਦੀ ਆਰਮੇਚਰ। ਇਹਦੇ ਵਿੱਚ ਕਾਰਬਨ ਬ੍ਰਸ਼ਿਸ ਲੱਗੇ ਹੁੰਦੇ ਨੇ ਜਿਹੜਾ ਕਿ ਜਿਹੜਾ ਕਰੰਟ ਨੂੰ ਕੰਡਕਟ ਕਰਦੇ ਨੇ ਆਰਮੇਚਰ ਦੇ ਵਿੱਚ ਜਾਣ ਵਾਸਤੇ। ਜਿਹੜਾ ਅਦਰ ਐਂਡ ਹੁੰਦਾ ਹਾਊਸਿੰਗ ਦਾ ਹੁੰਦਾ, ਉਹਨੂੰ ਕਹਿੰਦੇ ਨੇ ਆਪਾਂ ਕਹਿ ਸਕਦੇ ਹਾਂ ਜਿਹੜਾ ਕਿ ਫਰੇਮ ਇਨਕਲੋਜ਼ ਆ, ਉਹ ਗੇਅਰ ਜਿਹੜਾ ਕਿ ਮੈਸ਼ ਕਰਦਾ ਇੰਜਨ ਫਲਾਈ ਵੀਲ ਦੇ ਵਿੱਚ, ਇਹਨੂੰ ਆਪਾਂ ਡਰਾਈਵ ਐਂਡ ਹਾਊਸਿੰਗ ਕਹਿੰਦੇ ਹਾਂ। ਤੀਸਰਾ ਹੋ ਗਿਆ ਜੀ ਆਪਣਾ ਪੋਲ ਸ਼ੂਜ਼, ਠੀਕ ਹੈ ਜੀ। ਪੋਲ ਸ਼ੂਜ਼ ਇਹ ਜਨਰਲੀ ਹੁੰਦੇ ਨੇ 2 ਤੋਂ 6, ਠੀਕ ਹੈ ਜੀ। ਮੋਸਟ ਕਾਮਨਲੀ 4 ਪੋਲ ਸ਼ੂਜ਼ ਜਿਹੜੇ ਆਪਾਂ ਵਰਤਦੇ ਹਾਂ। ਮੈਗਨੈਟਿਕ ਫੀਲਡ ਪ੍ਰੋਵਾਈਡ ਹੁੰਦਾ ਹੈ ਪੋਲ ਸ਼ੂਜ਼ ਦੇ ਵਿੱਚ ਅਤੇ ਫੀਲਡ ਬਾਇੰਡਿੰਗ ਦੇ ਵਿੱਚ। ਇਹਨੂੰ ਆਪਾਂ ਸਪੋਰਟ ਐਗਜ਼ਾਈਟਿੰਗ ਫੀਲਡ ਕੋਇਲਸ ਵੀ ਕਹਿੰਦੇ ਹਾਂ। ਚੌਥਾ ਪੁਆਇੰਟ ਹੋ ਗਿਆ ਬ੍ਰਸ਼ ਅਤੇ ਬ੍ਰਸ਼ ਹੋਲਡਰ, ਠੀਕ ਹੈ ਜੀ। ਜਿਹੜੇ ਆਪਾਂ ਬ੍ਰਸ਼ਿਸ ਇਹ ਰੈਕਟੈਂਗੂਲਰ ਸ਼ੇਪ ਕਾਪਰ ਬਲੋਕਸ ਹੁੰਦੇ ਨੇ ਡੈਟ ਕੰਡਕਟ ਹੈਵੀ ਕਰੰਟ ਟੂ ਦੀ ਆਰਮੇਚਰ। ਦੇ ਆਰ ਮਾਊਂਟਡ ਔਨ ਆ ਬੋਕਸ ਸ਼ੇਪਡ ਇੰਸੂਲੇਟਡ ਬ੍ਰਸ਼ ਹੋਲਡਰ। ਪੰਜਵਾਂ ਪੁਆਇੰਟ ਹੁੰਦਾ ਆਪਣਾ ਕਮੂਟੇਟਰ, ਠੀਕ ਹੈ ਜੀ। ਕਮੂਟੇਟਰ ਕੀ ਹੁੰਦਾ? ਇਟ ਇਜ਼ ਅ ਸਿਲੰਡਰੀਕਲ ਮੈਂਬਰ ਆਫ ਹਾਈ ਕੰਡਕਟਿਵ ਕਾਪਰ ਐਂਡ ਮੇਡ ਆਫ ਲਾਰਜ ਨੰਬਰ ਆਫ ਸੈਗਮੈਂਟ ਇੰਸੂਲੇਟਡ ਫਰੋਮ ਈਚ ਅਦਰ ਬਾਈ ਮੀਨਸ ਆਫ ਥਿਨ ਮਾਈਕਾ ਸ਼ੀਟਸ। ਜਿਹੜਾ ਕਮੂਟੇਟਰ ਹੁੰਦਾ ਉਹ ਸਿਲੰਡਰੀਕਲ ਮੈਂਬਰ ਹੁੰਦਾ ਹਾਈ ਕੰਡਕਟਿਵ ਕਾਪਰ ਦਾ, ਜਿਹਦੇ ਵਿੱਚ ਕੰਡਕਟਰਸ ਨਾਲ ਅਟੈਚ ਕੀਤੇ ਜਾਂਦੇ ਨੇ, ਇਹਦੇ ਨਾਲ ਜੁੜੇ ਜਾਂਦੇ ਨੇ ਕੰਪਿਊਟਰ ਦੇ ਨਾਲ, ਠੀਕ ਹੈ ਨਾ। ਮਾਈਕਾ ਸ਼ੀਟਸ ਹੁੰਦੀਆਂ ਨੇ। ਈਚ ਸੈਗਮੈਂਟ ਇਜ਼ ਕਨੈਕਟਡ ਟੂ ਦੀ ਆਰਮੇਚਰ ਕੰਡਕਟਰਸ, ਠੀਕ ਹੈ ਜੀ। ਉਸ ਤੋਂ ਬਾਅਦ ਆਉਂਦੇ ਨੇ ਆਪਣੇ ਫੀਲਡ ਵਾਇੰਡਿੰਗਸ, ਠੀਕ ਹੈ ਜੀ। ਫੀਲਡ ਵਾਇੰਡਿੰਗਸ ਕੀ ਹੁੰਦੀਆਂ ਨੇ? ਦੀਜ਼ ਆਰ ਮੇਡ ਅਪ ਆਫ ਥਿੱਕ ਕਾਪਰ ਵਾਇਰ ਇਨ ਫੋਰਮਸ ਆਫ ਕੋਇਲਸ ਐਂਡ ਯੂਜ ਟੂ ਇਲੈਕਟ੍ਰੋਮੈਗਨੇਟਾਈਜ਼ ਪੋਲਸ ਵੈਨ ਕਰੰਟ ਇਜ਼ ਪਾਸਡ ਥਰੂ ਦੈਮ। ਸੋ ਦ ਮੈਗਨੈਟਿਕ ਫੀਲਡ ਆਫ ਸਟਾਰਟਰ ਮੋਟਰ ਇਜ਼ ਪ੍ਰੋਵਾਈਡਡ ਬਾਏ ਫੀਲਡ ਵਾਇੰਡਿੰਗਸ ਐਂਡ ਪੋਲ ਸ਼ੂਜ਼। ਉਸ ਤੋਂ ਬਾਅਦ ਆਉਂਦੇ ਨੇ ਆਪਣੇ ਐਂਡ ਸ਼ੀਲਡਸ, ਠੀਕ ਹੈ ਜੀ। ਐਂਡ ਸ਼ੀਲਡਸ ਜਿਹੜੇ ਆਪਣੇ ਹੁੰਦੇ ਨੇ, 2 ਐਂਡ ਸ਼ੀਲਡਸ ਹੁੰਦੇ ਨੇ ਜਿਹੜਾ ਕਿ ਬੁਸ਼ਿਸ ਨਾਲ ਸਪੋਰਟ ਕੀਤੀ ਹੁੰਦੀ ਆ ਆਰਮੇਚਰ ਸ਼ਾਫਟ ਦੀ, ਠੀਕ ਹੈ। ਜਿਹੜੀਆਂ ਸਟਾਰਟਰ ਮੋਟਰ ਆ ਆਪਣੇ ਕੋਲ ਵੇਰੀਅਸ ਸਾਈਜ਼ ਨਾਲ ਜਿਹੜੀਆਂ ਅਵੇਲੇਬਲ ਹੁੰਦੀਆਂ ਨੇ, ਪਹਿਲਾਂ ਹੁੰਦੀ ਆ ਪ੍ਰੀ ਇਨਗੇਜ ਰਿਡਕਸ਼ਨ ਗੇਅਰ, ਦੂਸਰੀ ਹੁੰਦੀ ਆ ਕੰਪੈਕਟ ਲਾਈਟ ਐਂਡ ਵੇਟ, ਠੀਕ ਹੈ। ਇਹਦੇ ਵਿੱਚ ਫੀਚਰ ਹੋਣੇ ਚਾਹੀਦੇ ਨੇ। ਤੀਸਰੀਆਂ ਹੁੰਦੀਆਂ ਨੇ ਹਾਇਰ ਪਾਵਰ
टू वेट रेशो जी फ्रैक्चर जो सैलेंट फ्रैक्चर होने चाहिए ने। बैटर कोल्ड क्रैंकिंग कैपेबिलिटीज। पांचवा आता प्रोटैक्शन अगेंस्ट स्पलैश वाटर। यह तो हो गया अपना मोटर यूनिट बारे गल, ठीक है। यह मोटर यूनिट बारे हूँ आप गल करांगे ड्राइव यूनिट बारे गल, ठीक है जी। जिहड़ा अपना ड्राइव यूनिट हुंदा इहदे विच जिहड़ा असैम्बल्ड हुंदा, जे आपां गल करिए यह मैकेनिज्म डैट ट्रांसमिट टॉर्क, क्योंकि आपां नूं फ्लाईवील नूं घुमाउण वास्ते रिवॉल्व कराउण वास्ते हाई आपां नूं टॉर्क चाहीदी है इत्थे, ठीक है जी। इंजन फ्लाईवील ते फॉर स्टार्ट अते क्रैंकिंग द इंजन। एक पिनियन फिट किया हुंदा मोटर आर्मेचर शाफ्ट ते, जिहड़ा कि मैश किया जाता थ्रू एक्सटरनल सोर्स ऑफ सोलेनॉइड स्विच, ठीक है। करंट कितों आता बैटरी तो, रिंग गेयर्स नाल रोटेट करता फ्लाईवील नूं। जदों इंजन स्टार्ट हो जाता तो जी स्पीड उसका ड्राइव करने से एक्चुअली डिसएंगेज कर देता, बैक आ जाता, कि जो पिनियन है वो अपने बैक पोजिशन के उत्ते आ जाता। यह तो हुण आ गया अपना कंसट्रक्शन की, ठीक है जी। तो जे हुण मैं इत्थे गल करा वर्किंग की, ठीक है जी। वर्किंग दे विच की आ, जो स्टार्टर आपां स्विच ऑन करते हैं, ठीक है जी। उस तो बाद की हुंदा जिहड़ा स्टार्टर आर्मेचर आ, इहदे विच मैनी कॉयल्स फिटड हुंदियां ने आर्मेचर दे विच, एज आपां डिस्कस कीता सी प्रिंसीपल, ठीक है। वैन अ करंट कैरिंग कंडक्टर इज प्लेस्ड इनसाइड अ स्ट्रोंग मैग्नेटिक फील्ड द कंडक्टर इज एक्सपीरियंस रिपल्सिव फोर्स, बट स्टार्टर मोटर हैज मैनी कंडक्टर ऑन इट्स आर्मेचर शाफ्ट, सो द आर्मेचर इज फोर्स टू रोटेट बिटवीन पोल्स शूज एंड पावरफुल टॉर्क टू द इंजन, ठीक है। जदों बैटरी तो करंट आउंदा स्टार्टर मोटर दे विच, एक स्ट्रोंग मैग्नेटिक फील्ड सैटअप हो जाता आर्मेचर कोयल्स थ्रू। जी आर्मेटर कोयल्स होंदिया ने यह एक्ट है कैरी करंट कैरिंग कंडक्टर दे एक्ट कर दिया ने, ते जिहड़ा सेम करंट आ बैटरी तो जिहड़ा फ्लो करता फील्ड वाइंडिंग दे विच अक्रॉस या अराउंड पोल शूज दे विच, ठीक है। ये जिहड़े पोल शूज होंदे ने यह इलैक्ट्रोमैगनेट बन जाते हैं, जिहदे नाल कि एक स्ट्रोंग मैगनेटिक फील्ड प्रोड्यूस हो जाता, ठीक है। सो द रिएक्शन ऑफ टू मैगनेटिक फील्ड आर्मेचर ते फील्ड वाइंडिंग टेंड्स टू डिस्टॉर्टेड और बेंड द मैगनेटिक लाइनज ऑफ फोर्स ऑफ फील्ड मैगनेट। ड्यू टू डिस्टॉर्शन ऑफ मैगनेटिक फील्ड द फोर्स इज एग्जर्टेड ऑन द आर्मेचर कॉयल कॉजिंग आर्मेचर टू रोटेट बिटवीन पोल शूज। दिस टॉर्क ऑफ स्टॉर्क आपके स्टार्टर मोटर इज यूटिलाइज टू क्रैंक द इंजन थ्रू अ ड्राइव मैकेनिज्म। यह तो चलो हो गया मैकेनिज्म, हुण आपां गल करांगे तुहानूं टाइप्स ऑफ स्टार्टिंग मोटर की। एक होंदी है सीरीज वाउंड मोटर, शंट वाउंड, इहनूं पैरलर कहना दे, ते कंपाउंड वाउंड, ठीक है। आह तू फिगर बनाई हुई है सीरीज वाउंड मोटर की, ठीक है जी। हुण इहदे बारे आपां गल करांगे। सीरीज वाउंड एक कॉमनली इंपलायड होंदी आ, इहनूं वेरीएबल स्पीड मोटर कहा जाता टू सूट द डिफरेंट कंडीशन रिक्वायरमेंट, ठीक है। सीरीज मोटर का एक वन पाथ हुंदा फॉर द करंट फ्लो थ्रू द फील्ड वाइंडिंग एंड द आर्मेचर वाइंडिंग। इट प्रोड्यूस ए ग्रेटर अमाउंट ऑफ टॉर्क इन बिगनिंग एंड टॉर्क डिक्रीजिज एज इंजन बिगन्स टू रोटेट। मतलब कि एकदम ये टॉर्क ग्रेटर टॉर्क करते जो इंजन जो अपना प्रोपेल करता या उन्हें घुमाया जाता, पर जी टॉर्क वो ग्रेजुअली डिक्रीज हो जाती है जो जो इंजन वो ये लगता कि बिगिनस टू रन। उस तो बाद आप गल करांगे शंट बॉन्डिंग की, आदि गल कर रहे हैं। आज की फिगर बनी हुई आर्मेचर आ फील्ड बैंडिंग्स आ टू द ग्राउंड, ठीक है। ये जी फील्ड बैंडिंग्स होंगे कनैक्टड पैरलर होंगी आर्मेचर के, इनू कॉन्सटेंट स्पीड मोटर कहा गया था, ते एहे रिक्वायरमेंट दे विच नहीं आउंदी हैगी इह, क्योंकि इहदे विच एक लो इनिशियल टॉर्क हुंदी आ एंड हैज़ अ डिफरेंट करंट फ्लो पाथ फॉर फील्ड कॉयल्स एंड आर्मेचर कॉयल्स। इनू आपां ऑटोमोटिव सेल्फ स्टार्टर वास्ते इह शंट वाइंडिंग नू आपां नहीं यूज करदे। तीसरी आउंदी है जी कंपाउंड वाउंड, ठीक है। ये मोटर, ठीक है, इहदे विच बोथ सीरीज ते पैरलल फील्ड वाइंडिंग हुंदियां ने। इट कंबाइनस बोथ स्टार्टिंग required torque of series winding and constant speed of shunt winding. It is often used for automotive application of starter motor. ਉਸ ਤੋਂ ਬਾਅਦ ਆਪਾਂ ਮੈਂ ਤੁਹਾਨੂੰ ਗੱਲ ਦਿਖਾਉਣੀ ਚਾਹੂੰਗਾ, ਆਹ ਦੇਖੋ ਧਿਆਨ ਨਾਲ, ਇਹ ਆਪਣੀ ਹੈਗੀ ਆ ਪੋਲ ਸ਼ੂਜ਼, ਠੀਕ ਆ। ਇੱਥੇ ਦੋ ਫਿਗਰਸ ਬਣੀਆਂ ਹੋਈਆਂ ਨੇ, ਇੱਕ ਹੁੰਦਾ ਟੂ ਪੋਲ ਮੋਟਰ, ਇੱਕ ਹੁੰਦਾ ਫੋਰ ਪੋਲ ਮੀਟਰ, ਠੀਕ ਆ। ਇਸ ਤੋਂ ਬਾਅਦ ਆਹ ਕੀ ਹੁੰਦਾ ਆਪਣਾ ਕਮੂਟੇਟਰ, ਠੀਕ ਹੈ ਜੀ, ਕਮੂਟੇਟਰ। ਉਸ ਤੋਂ ਬਾਅਦ ਆਹ ਆਪਣੇ ਪੋਲ ਵਨ, पोल टू, पोल थ्री ते पोल फोर, ठीक है जी। आ अपना ब्रशेज हो गए, कम्यूटेटर हो गया, पोल्स हो गए, ठीक है। आ अपना ब्रश होल्डर हो गए या ब्रशेज हो गए, ठीक है, टू दी अर्थ, ठीक है जी। ये चीज़ हो गए, ये फोर पोल्स होंगे ने, टू पोल दे टू पोल्स होंगे ने। यह तो अपना यदा टॉपिक सगा कंसट्रक्शन, ये समझाई गई, ठीक है जी, स्टार्टर मोटर की।
ਠੀਕ ਆ ਤੁਹਾਨੂੰ ਦੱਸਿਆ ਗਿਆ ਇਹਦੇ ਕੀ ਕੰਸਟਰਕਸ਼ਨ ਆ, ਕੀ ਪਾਰਟਸ ਨੇ, ਠੀਕ ਹੈ, ਕਿਵੇਂ ਇਹ ਵਰਕ ਕਰਦੀ ਆ ਸਟਾਰਟਿੰਗ ਮੋਟਰ, ਕਿੰਨੇ ਕਿੰਨੇ ਟਾਈਪਸ ਨੇ, ਸੀਰੀਜ਼ ਬਾਉਂਡ ਆ, ਸ਼ੰਟ ਬਾਉਂਡ ਆ, ਕੰਪਾਊਂਡ ਬਾਉਂਡ ਆ, ਤੇ ਟੂ ਪੋਲ ਮੋਟਰ ਜੇ ਫੋਰ ਪੋਲ ਮੋਟਰ ਕਿਹੋ ਜਿਹੀ ਹੁੰਦੀ ਆ, ਉਹਦੇ 'ਚ ਪੋਲ ਕਿਹੋ ਜਿਹੇ ਹੁੰਦੇ ਨੇ, ਉਹ ਇਹ ਚੀਜ਼ ਦੱਸੀ ਗਈ। ਤੁਹਾਡਾ ਇਹ ਲੈਕਚਰ ਸੁਣਨ ਵਾਸਤੇ ਬਹੁਤ ਬਹੁਤ ਧੰਨਵਾਦ।